ਕੋਰੋਨਾ ਮਹਾਮਾਰੀ ਦੇ ਚਲਦੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਈ ਨਵੇਂ ਆਦੇਸ਼ ਜਾਰੀ ਕੀਤੇ ਗਏ ਹਨ ਅਤੇ ਪੰਜਾਬ ਦੇ ਲੋਕਾਂ ਨੂੰ ਇਹਨਾਂ ਪਾਬੰਦੀਆਂ ਨੂੰ ਮੰਨਣ ਦੀ ਅਪੀਲ ਜਿੱਥੇ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਉੱਥੇ ਹੀ ਪੰਜਾਬ ਪੁਲਿਸ ਵੱਲੋਂ ਵੀ ਕੜੇ ਇੰਤਜ਼ਾਮ ਕੀਤੇ ਜਾ ਰਹੇ ਹਨ। ਇਸ ਦੇ ਤਹਿਤ ਪਟਾਲਾ 'ਚ ਪੁਲਿਸ ਜ਼ਿਲ੍ਹਾ ਪਟਾਲਾ ਵੱਲੋਂ ਸ਼ਹਿਰ ਦੇ ਵੱਖ ਵੱਖ ਚੌਂਕਾਂ 'ਚ ਸਖ਼ਤ ਬੈਰੀਗ੍ਰੇਟਿੰਗ ਕੀਤੀ ਗਈ ਹੈ। ਉੱਥੇ ਹੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਹਦਾਇਤਾਂ ਮੁਤਾਬਿਕ ਲੋਕਾਂ ਨੂੰ ਅਪੀਲ ਵੀ ਕਰ ਰਹੇ ਹਨ ਜੇਕਰ ਬਹੁਤ ਜ਼ਰੂਰੀ ਹੋਵੇ ਤਾਂ ਹੀ ਕਰੋ ਬਾਹਰ ਨਿਕਲਿਆ ਜਾਵੇ ਅਤੇ ਵਿਸ਼ੇਸ਼ ਕਰ ਰਾਤ ਦੇ ਕਰਫਿਊ ਦੌਰਾਨ ਮੈਡੀਕਲ ਲੋੜ ਪੈਣ 'ਤੇ ਜਾਂ ਵੀ ਜ਼ਰੂਰੀ ਹੋਣ 'ਤੇ ਸੜਕਾਂ 'ਤੇ ਆਓ। ਅਤੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸਰਕਾਰ ਦੀ ਇਹਨਾਂ ਆਦੇਸ਼ਾਂ ਦੇ ਚਲਦੇ ਹੀ ਨਾਕਾਬੰਦੀ ਕੀਤੀ ਗਈ ਹੈ। ये बैरीकेडिंग इस करके की गई है जी क्योंकि 6 बजे जरा लॉकडाउन हो जाता है तो ये लोगों को अवेयर करने वास्ते भी 6 बजे तो बाद कोई जरूरी एमरजेंसी सेवावां वाला जां जिन्हें कोई एमरजेंसी है वह तो बाहर जा सकता है। जिहड़े आम लोग बिना किसी काम कार तो घूम रहे उन्होंने अवेयर किया जा रहा कि 6 बजे तो बाद अपने घर तो बाहर ना निकलो जे काम कार तां ही बाहर निकलो। इतने सिटी वालों जी ये गांधी चौंक की गई है जी तो उस तो अलावा सुखा सिंह महताब सिंह चौंक है की गई थाने सिटी वालों जी शहर वो जोड़े थाने पेंदे उन्होंने वालों करवाई जा गई होगी जी। ये हूँ अज अवेयर किया गया तो कंटिन्यू ही चलेगा जी।